ਹਾਂਜੀ ਬਾਬਿਓ, ਸਤਿ ਸ੍ਰੀ ਅਕਾਲ, ਕਿਆ ਹਾਲ ਚਾਲ ਆ ਸਾਰਿਆਂ ਦਾ? ਇਹ ਬਾਈ ਨਵਾਂ ਹੀ ਪੰਗਾ ਪੈ ਗਿਆ ਯਾਰ ਅੱਜ ਆਪਾਂ ਨੂੰ, ਆਪਣੇ ਇਸ ਸਕੀਮ ਟੁੱਟ ਗਈ ਦੀ ਆਪਣੇ ਕੈਨਵਰਥ ਦੀ। ਅਤੇ ਪਹਿਲਾਂ ਤਾਂ ਮੈਂ ਉਹ ਔਡਰ ਕਰਕੇ ਆਇਆ ਇਸ ਸਕੀਮ, ਕਿਉਂਕਿ ਪੁਰਾਣੇ ਟਰੱਕਾਂ ਦਾ ਸਮਾਨ ਨਹੀਂ ਮਿਲਦਾ, ਤੁਹਾਨੂੰ ਪਤਾ ਹੀ ਹੈ ਲਾਸਟ ਵੀਡੀਓ 'ਚ ਆਪਾਂ ਨੇ ਦੱਸਿਆ ਤਾ, ਤੁਹਾਨੂੰ ਸਮਾਨ ਨਹੀਂ ਮਿਲਦਾ ਉਹਦੇ ਕਰਕੇ ਇਸ ਸਕੀਮ ਔਡਰ ਕਰਕੇ ਆਇਆ। ਇਸ ਸਕੀਮ ਆ ਗਈ, ਮੈਂ ਕਿਹਾ ਚੱਲ ਇਸ ਸਕੀਮ ਪਵਾ ਕੇ ਆਪਣਾ ਮੁੜ ਕੇ ਲੋਡ ਚੱਕ ਲੈਂਦੇ, ਕੋਈ ਗੱਲ ਨਹੀਂ, ਰੈਪ ਕਰਾਉਣ ਨੂੰ ਰਹਿਣ ਦਿੰਦੇ ਅੱਜ ਟਰੱਕ, ਆਹ ਫਰਾਈਡੇ ਤੋਂ ਅਗਲੇ ਫਰਾਈਡੇ ਦੀ ਮੈਂ ਕਿਹਾ ਬਣਾ ਲੈਂਦੇ ਅਪੁਆਇੰਟਮੈਂਟ। ਅਤੇ ਉਹ ਜਦੋਂ ਇਸ ਕੈਂਪ ਆਉਣ ਲੱਗਿਆ, ਉਹ ਕਾਲ ਆ ਗਈ ਮਕੈਨਿਕ ਦੀ, ਕਹਿੰਦਾ ਬਾਈ ਤੇਰੇ ਦਾ ਵਿੱਚ ਸਪਰਿੰਗ ਟੁੱਟਿਆ ਹੋਇਆ ਬ੍ਰੇਕ ਦਾ, ਇਹ ਡਰਾਮਾ ਤੇਰੇ ਚੇਂਜ ਹੋਊਗਾ ਉਹ। ਸੋ ਉਹ ਕਹਿੰਦਾ ਬ੍ਰੇਕ ਡਰੰਮ 'ਚ, ਕਹਿੰਦਾ ਬ੍ਰੇਕਾਂ ਦਾ ਸਪਰਿੰਗ ਟੁੱਟਿਆ ਤਾਂ ਬ੍ਰੇਕਾਂ ਵੀ ਤਿੜੀਆਂ ਹੋਈਆਂ, ਤੇਰੇ ਡਰੰਮ ਵੀ ਗਿਆ ਹੋਇਆ। ਅਤੇ ਉਹ ਕਹਿੰਦਾ ਮੈਨੂੰ ਦੇਖ ਲਾ, ਹੁਣ ਮੈਂ ਖੋਲ੍ਹਿਆ ਹੋਇਆ ਬ੍ਰੇਕ ਚੈਂਬਰ, ਆਪਣਾ ਬ੍ਰੇਕ ਡਰੰਮ ਅਤੇ ਬ੍ਰੇਕਾਂ ਵੀ ਲਿਆ ਦੇ। ਅਤੇ ਮੈਂ ਕਿਹਾ ਯਾਰ ਹੁਣ ਜਦ ਪੌਣੇ ਲੱਗੇ, ਹੁਣ ਖੋਲ੍ਹਿਆ ਤਾਂ ਹੋਇਆ ਹੀ ਆ, ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਸਾਰੇ ਉਹ ਚੇਂਜ ਕਰ ਦੇ, ਚਾਰੇ ਡਰੰਮ, ਚਾਰੇ ਬ੍ਰੇਕਾਂ ਅਤੇ ਮੁਰਲੇ ਵੀ। ਐਂ ਕਿ ਜਦੋਂ ਖੋਲ੍ਹਦੇ ਹਾਂ ਆਪਾਂ ਬ੍ਰੇਕਾਂ ਬਰੂਕਾਂ ਚੇਂਜ ਕਰਦੇ ਹਾਂ, ਕਦੇ ਵੀ ਜੇ ਪਾਉਣੀਆਂ, ਜੇ ਆਪਾਂ ਨਹੀਂ ਵੀ ਪਾਉਣੀਆਂ ਹੈਗੀਆਂ ਨਾ ਐਟਲੀਸਟ ਇੱਕ ਐਕਸਲ ਦੀਆਂ, ਤਾਂ ਫਿਰ ਪਾਏ ਦੇਵੇ। ਜਾਂ ਮੰਨ ਲਓ ਜੇ ਰਾਈਟ ਵਾਲੇ ਪਾਸੇ ਦੀ ਪਾਉਣ ਲੱਗਿਆ ਤਾਂ ਲੈਫਟ ਵਾਲੇ ਪਾਸੇ ਦੀ ਵੀ ਚੇਂਜ ਕਰ ਦੇਵੇ। ਅਵਲਾ ਤਾਂ ਸਾਰੀਆਂ ਹੀ ਚੇਂਜ ਕਰ ਦੇਣੀਆਂ ਚਾਹੀਦੀਆਂ, ਪਰ ਐਂ ਕਿ ਜੇ ਕਈ ਵਾਰ ਹੱਥ ਤੰਗ ਆ ਬੰਦਾ, ਕਹਿੰਦਾ ਕਿ ਇੰਨੇ ਪੈਸੇ ਨਹੀਂ ਲਾਉਣੇ ਹੈਗੇ, ਤਾਂ ਐਟਲੀਸਟ ਇੱਕ ਐਕਸਲ ਦੀ ਤਾਂ ਚੇਂਜ ਸਾਰੀਆਂ ਕਰਵਾਓ ਫਿਰ। ਸੋ ਮੈਂ ਇੱਥੇ ਮੁੰਡਾ ਆਪਣਾ ਯਾਰ ਦੋਸਤ ਆ, ਉਹਦਾ ਪਿੱਕਾ ਲਿਆ ਹੁਣ, ਕਿਉਂਕਿ ਵਿੱਚ ਹੌਂਡਾ 'ਚ ਆਉਣੀ ਨਹੀਂ ਦੀਆਂ, ਜੀਪ 'ਚ ਰੱਖ ਨਹੀਂ ਆਉਣਾ ਹੈਗਾ। ਫਿਰ ਮੈਂ ਕਿਹਾ ਹੁਣ 6 ਡਰੰਮ 6 ਬ੍ਰੇਕਾਂ ਲਿਆਉਂਦਾ, ਸਾਰੀਆਂ ਇਕੱਠੀਆਂ ਚੇਂਜ ਕਰਾ ਦਿੰਦੇ ਇੱਕ ਵਾਰ। ਅਤੇ ਮੈਂ ਉਹਨੂੰ ਇਸ ਕੇਮ ਸਾਰੀਆਂ ਅਤੇ ਸਲੈਕ ਐਡਜਸਟਰ ਮੈਂ ਕਿਹਾ ਚੈੱਕ ਕਰ ਲਾ, ਉਹਨੇ ਮਕੈਨਿਕ ਦੀ ਕਾਲ ਆਈ ਸੀ, ਕਹਿੰਦਾ ਬਾਈ ਸਾਰਾ ਕੁਝ ਠੀਕ ਆ, ਤੇਰਾ ਇਸ ਕੇਮਾਂ ਵੀ ਠੀਕ ਆ, ਤੇਰੇ ਸਲੈਕ ਐਡਜਸਟਰ ਵੀ ਠੀਕ ਆ, ਬਸ ਤੂੰ ਬ੍ਰੇਕਾਂ ਡਰੰਮ ਲਿਆ, ਮੈਂ ਇੰਨੇ ਖੋਲ੍ਹਦਾ ਸਾਰਾ ਰਿਮਰ ਉਮਰ ਸਾਰੇ ਦੂਏ ਚੱਕੇ, ਅਤੇ ਜਾਨੂੰ ਤੂੰ ਲੈ ਕੇ ਆਊਂਗਾ, ਜਾਨੂੰ ਸਾਰਾ ਕੁਝ ਖੋਲ੍ਹਿਆ ਹੋਊਗਾ, ਆਰਾਮ ਨਾਲ ਆਪਾਂ ਫਿੱਟ ਕਰ ਦੇਣਾ, ਅਤੇ ਲੋਡ ਆਪਾਂ ਫਿਰ ਦੇਖਦੇ ਹਾਂ। ਉਹ ਦੂਏ ਮੁੰਡੇ ਦੇ ਟਰੱਕ ਨਾਲ ਚੱਕ ਲਿਆਉਂਦੇ ਆਪਣਾ ਬਾਈ ਯਾਰ ਦੋਸਤਾਂ ਮੁੰਡਾ, ਉਹ ਕਹਿੰਦਾ ਬਾਈ ਮੇਰੇ ਵਾਲਾ ਲੈ ਜਾ ਟਰੱਕ, ਜੇ ਲੈ ਕੇ ਜਾਣਾ ਤਾਂ ਮੇਰੇ ਵਾਲਾ ਟਰੱਕ, ਕਹਿੰਦਾ ਹੈਗਾ ਘਰ। ਸੋ ਉਹਦੇ ਵਾਲਾ ਟਰੱਕ ਲੈ ਕੇ ਆਪਾਂ ਲੋਡ ਚੱਕ ਲਿਆਉਂਦੇ ਹਾਂ, ਐਂ ਆ ਕੇ ਆਪਣਾ ਕੰਮ ਡਨ ਹੋ ਜੂਗਾ ਸਾਰਾ ਜਿਹੜਾ ਕੁਛ ਹੋਣੇ ਵਾਲਾ। ਅਤੇ ਐਂ ਆ ਬਲਬ ਉਹਦਾ ਯਾਰ ਚੱਕਰ ਉਹ ਪਿਆ ਰੇਡੀਏਟਰ ਦਾ, ਉਹਦਾ ਕੰਮ ਹੋਣੇ ਵਾਲਾ, ਤਾਂ ਰੇਡੀਏਟਰ ਵੀ ਪਵਾ ਤਾ, ਅਤੇ ਸੀਲ ਪੈਣੇ ਵਾਲੀ ਤੀ, ਸਟੇਅਰਿੰਗ ਬੋਕਸ ਦੀ ਸੀਲ ਵੀ ਪਵਾ ਤੀ, ਪਰ ਉਹ ਜਾਂ ਬਾਹਰ ਕੱਢਣ ਲੱਗੇ ਉਹ ਪ੍ਰੋਬਲਮ ਹੋ ਰਹੀ ਖੜੀ ਹੋ ਗਈ ਕੋਈ, ਉਹ ਕਹਿੰਦੇ ਕਿ ਗੇਅਰ ਨਹੀਂ ਲੈ ਰਿਹਾ ਟਰੱਕ, ਹੁਣ ਐਂ ਨਹੀਂ ਪਤਾ ਕਿ ਗੇਅਰ ਸਲੈਕਟਰ ਆ ਜਿਹੜਾ ਉਹ ਚੇਂਜ ਹੋਊਗਾ, ਉਹਦਾ ਕਿਆ ਹੋਊਗਾ, ਆਈ ਡੋਂਟ ਨੋ। ਲਿਆਉਣੇ ਦਾ ਲਿਆ ਕੇ ਉਹ ਵੀ ਪਾ ਦਈਏ ਆਪਾਂ, ਮੁੜ ਕੇ ਇਹਨਾਂ ਨੂੰ ਫਿਰ 700-800 ਦਾ, ਉਹ ਜੇ ਉਹ ਪਾਏ ਤਾਂ ਨਾ ਠੀਕ ਹੋਇਆ, ਉਹ ਮੁੜ ਕੇ ਇਲੈਕਟ੍ਰੋਨਿਕ ਚੀਜ਼ ਮੋੜਦੇ ਨਹੀਂ ਹੈਗੇ ਬਲਬ ਵਾਲੇ, ਤਾਂ ਕਰਕੇ ਮੈਂ ਢਿੱਲੋ ਕਹਿੰਦਾ ਬਾਈ ਵੇਟ ਕਰ ਲੈਂਦੇ ਹਾਂ, ਕੋਈ ਨਾ ਕੋਈ ਬੰਦਾ ਆਪਣਾ ਯਾਰ ਪਛਾਣ ਆ ਜਾਵੇ ਬਲਬ ਵਾਲਾ, ਉਹਦਾ ਪਾ ਕੇ ਦੇਖ ਲਾਂਗੇ, ਜੇ ਤਾਂ ਪਾ ਕੇ ਸੈੱਟ ਹੋ ਗਿਆ ਫਿਰ ਨਵਾਂ ਲਿਆਈ, ਨਵਾਂ ਪਾ ਦਾਂਗੇ, ਨਹੀਂ ਫਿਰ ਹੋਰ ਕੁਝ ਚੈੱਕ ਕਰਾਂਗੇ। ਮੈਂ ਕਿਹਾ ਯਾਰ ਵਾਲਾ ਹੋਰੇ ਤਾਂ ਘੁੰਮਣ ਛਿੜ ਜਾਂਦਾ, ਕਰਨਾ ਕੁਛ ਹੋਰ ਤਾਂ ਟਰੱਕ ਦਾ, ਹੋਰੇ ਪ੍ਰੋਬਲਮ ਨਿਕਲੀ, ਨਹੀਂ ਅੱਜ ਆਪਾਂ ਨੇ ਆਰਾਮ ਨਾਲ ਬਲਬ ਨਾਲ ਲੋਡ ਚੱਕ ਲੈਣਾ, ਤਾਂ ਉਹ ਟਰੱਕ ਮੈਂ ਦੂਆ ਸਵੇਰੇ ਰੈਪ ਨੂੰ ਖੜਾ ਦੇਣਾ, ਤਾਂ ਸਾਰੇ ਕੰਮ ਲੋਟ ਹੋ ਜਾਣੇ ਤੇ ਆਪਣੇ। ਚਲੋ ਅੱਜ ਤਾਂ ਜਾਣੀ ਸਾਰੀ ਦਿਹਾੜੀ ਗੁੱਲ ਆਪਣੀ ਇੱਦਾਂ ਹੀ ਚੱਕ ਚੁਕੀਏ, ਜੇ ਪਹਿਲਾਂ ਡਰੰਮ ਲੈ ਕੇ ਆਉਣੇ ਆ, ਡਰੰਮ ਛੱਡ ਕੇ ਦੁਬਾਰਾ ਟਰੱਕ ਲੈ ਕੇ ਆਊਂਗਾ ਚੱਕ ਕੇ, ਉਹਦਾ ਬੱਲੀ ਦਾ ਬਾਈ ਦਾ, ਫਿਰ ਉਹਦੇ ਨਾਲ ਲੋਡ ਚੱਕੂੰਗਾ, ਫਿਰ ਦੁਬਾਰਾ ਪਿੱਕਾ ਛੱਡ ਕੇ, ਟਰੱਕ ਛੱਡ ਕੇ ਦੁਬਾਰਾ ਗੱਡੀ ਲੈ ਕੇ ਆਊਂਗਾ, ਜਾਣੀ ਇੱਦਾਂ ਹੀ ਆਪਣਾ ਫਰਾਈਡੇ ਗਿਆ ਮਿੱਤਰੋ। ਸੋ ਰੈਮ ਦਾ ਵੀ ਪਿੱਕਾ ਪੁੱਕਾ ਇਹਨਾਂ ਨੇ ਬੜਾ ਜ਼ਬਰਦਸਤ ਬਣਾਇਆ ਪਿਆ, ਦੇਖ ਲਓ ਬਾਈ ਆਪਦੇ ਸੀਟਾਂ ਸੂਟਾਂ ਫੁੱਲੀ ਲੋਡਡ ਪੂਰਾ, ਆਪਦੇ ਗੱਡੀ ਸਕਰੀਨ ਆ ਇਹਦੀ, ਘੈਂਟ ਚੀਜ਼ ਆ ਪੂਰੀ, ਆਹ ਤਾਂ ਕੰਫਰਟੇਬਲ ਬਹੁਤ ਆ ਯਾਰ, ਪਿੱਕੇ ਪੁੱਕੇ ਜੇ ਸਮਾਨ ਸਮੂਨ ਰੱਖਣ ਨੂੰ ਵੀ ਬਹੁਤ ਨੇ ਯਾਰ, ਇੱਕ ਉਈਓ ਗਰਾਰੀ ਅੜੀ ਹੋਈ ਤੀ ਬਸ ਜੀਪ 'ਚ, ਨਹੀਂ ਤਾਂ ਪਿੱਕੇ 'ਤੇ ਤਾਂ ਵੈਸੇ ਨਜ਼ਾਰਾ ਬਹੁਤ ਆ, ਜੇ ਮੈਂ ਪਿੱਕਾ ਲੈ ਲੈਂਦਾ ਉਹਨੇ ਕਿਤੇ ਪਿੱਕਾ ਆ ਜਾਣਾ, ਤਾਂ ਜਿੰਨੇ ਦੀ ਜੀਪ ਆਈ ਆ, ਐਂ ਇੱਦਾਂ ਸਮਾਨ ਸਮੂਨ ਲਿਆਉਣਾ ਕੁਛ ਕਰਨਾ, ਫਿਰ ਟੈਨਸ਼ਨ ਨਹੀਂ ਹੈਗੀ, ਬੰਦਾ ਜਿੱਧਰ ਮਰਜ਼ੀ ਨੂੰ ਜੋ ਮਰਜ਼ੀ ਰੱਖੀ ਚੱਲ ਪਿੱਛੇ, ਟਰੰਕ ਬੜਾ ਹੋਣ ਕਰਕੇ ਐਂ ਕਿ ਚਲੋ ਜਵਾਬ ਤਾਂ ਬਾਈ ਕੋਈ ਦਿੰਦਾ ਨਹੀਂ ਹੈਗਾ ਜਿੰਨੇ ਕਿਹਾ ਵੀ ਆਪਣੇ ਯਾਰ ਦੋਸਤ ਹੈਗੇ, ਪਰ ਥੋੜ੍ਹਾ ਔਖਾ ਲੱਗਦਾ ਯਾਰ ਚੀਜ਼ ਇੱਦਾਂ ਮੰਗਣੀ। ਅਗਲਾ ਕਹਿੰਦਾ ਯਾਰ ਬਾਈ
ਬਗਾਰ ਜੀ ਪੈ ਜਾਂਦੀਆਂ ਹੋਈਆਂ ਯਾਰ ਮੈਂ ਕਿਹਾ ਕਾਹਨੂੰ ਵਾਰ ਵਾਰ, ਪਰ ਬੱਲੀ ਨੇ ਤਾਂ ਵਿਚਾਰੇ ਨੇ ਆਪਣੇ ਆਪੇ ਮੈਨੂੰ ਕਹਿ ਤਾ, ਕਹਿੰਦਾ ਬਾਈ ਮੇਰੇ ਵਾਲਾ ਲੈ ਜਾ ਤੂੰ ਪਿੱਕ, ਕਾਹਨੂੰ ਔਖਾ ਆਊਂਗਾ ਉਹਦੇ 'ਚ, ਹੌਂਡਾ 'ਚ ਲੋਟ ਨਹੀਂ ਆਉਣੇ, ਡਰੰਮ ਡਰੁੰਮ ਆਉਣੇ ਨਹੀਂ ਵਿੱਚ ਉਹਦੇ। ਚਲੋ ਧੰਨਵਾਦ ਬਾਈ ਦਾ ਬਹੁਤ ਯਾਰ, ਇਹੋ ਜਿਹੇ ਯਾਰ ਮਿੱਤਰ ਚਾਹੀਦੇ, ਕਹਿਣੇ ਦੀ ਲੋੜ ਨਾ ਪਵੇ, ਜਿਹੜੇ ਆਪਣੇ ਬੰਦੇ ਆਪੇ ਕਹਿ ਦਿੰਦੇ। ਸੋ ਮੈਂ ਤਾਂ ਜੀਤੇ ਵਾਲਾ ਵੀ ਪਿੱਕਾ ਖੜਾ ਤਾ ਯਾਰ 'ਚ, ਪਰ ਉਹਦੀ ਜਾਬੀ ਨਹੀਂ ਦੇਗੀ, ਪਤਾ ਨਹੀਂ ਤਾਂ ਨਾ ਇੱਦਾਂ ਲੋੜ ਪੈ ਜਾਣੀ, ਨਹੀਂ ਤਾਂ ਮੈਂ ਨਵੀਂ ਨੂੰ ਕਹਿ ਦੇਣਾ ਤਾਂ ਕਿ ਬਾਈ ਚਾਬੀ ਰੱਖ ਜੀ ਪਿੱਕੇ ਦੀ ਵਿੱਚ, ਉਹਦੇ ਵਾਲਾ ਪਿੱਕਾ ਜਾੜ 'ਚ ਖੜਾ ਤਾਂ ਨਹੀਂ ਉਹਦੇ 'ਚ ਚੱਕ ਲਿਆਉਣ ਦਾ, ਬਟ ਪਤਾ ਨਹੀਂ ਨਾ ਹੁੰਦਾ ਕਦ ਕਿਹੜੀ ਚੀਜ਼ ਦੀ ਲੋੜ ਪੈ ਜਾਣੀ। ਚਲੋ ਮਿੱਤਰੋ ਆ ਜਾਓ ਫਿਰ ਆਪਾਂ ਚੱਲਦੇ ਹਾਂ ਕਹਿਣਾ ਵਰਥਾਣੇ 'ਤੇ ਜਾ ਕੇ, 6 ਡਰੰਮ 6 ਬ੍ਰੇਕਾਂ ਚੱਕੀਏ ਜਾ ਕੇ ਆਪਾਂ, ਫਿਰ ਛੱਡੀਏ ਢਿੱਲੋ ਕੋ, ਤਾਂ ਕਿ ਬ੍ਰੇਕਾਂ ਡਰੰਮ ਆਪਣੇ ਕੰਪਲੀਟ ਹੋ ਜਾਣ ਪੈ ਜਾਣ। ਲੈ ਮਿੱਤਰੋ ਆ ਗਏ ਆਪਾਂ ਕਹਿਣਾ ਵਰਥਾਣੇ 'ਤੇ ਬਾਬਿਓ, ਆ ਗਏ ਵੀ ਕਹਿਣਾ ਵਰਥਾਣਿਆਂ ਦੇ ਆ ਗਏ ਮਿੱਤਰੋ ਕਹਿਣਾ ਵਰਥਾਣਿਆਂ 'ਤੇ, ਦੱਸੋ ਕਿਹੜਾ ਚੱਕਣਾ ਉਰੇ 'ਤੇ ਟਰੱਕ, ਨਵੇਂ ਨੂੰ ਇਹ ਪਾ ਲਓ ਆਤੋ, ਹੋਰ ਰਿਪੇਅਰਾਂ ਰਪੂਰਾਂ 'ਤੇ ਬਚ ਜਾਂਦਾ ਬੰਦਾ, ਹੋਰ ਤਾਂ ਕੁਛ ਨਹੀਂ। ਲਓ ਵੀ ਮਿੱਤਰੋ ਕਹਿਣ ਵਰਥ ਵਾਲੇ ਹੋ, ਕਹਿਣ ਵਰਥ ਵਾਲੇ ਹੋ, ਦੇਖਦੇ ਹਾਂ ਬਈ ਕਿੰਨੇ ਕਿਦਾ ਬਣਦਾ ਬਿੱਲ ਹੁਣ ਆਪਣਾ। ਮਿੱਤਰੋ ਆ ਜਾਓ ਫਿਰ, ਦੇਖੀ ਗਿਆ ਕਹਿੰਦਾ ਜੇਸਨ ਆ ਜਾਓ, ਉਹ ਬੈਠਾ ਜੇਸਨ। ਲਓ ਜੀ 6 ਬ੍ਰੇਕਾਂ 6 ਡਰੰਮ ਟੋਟਲ ਬਣ ਗਏ ਆਪਣੇ। ਲੈ ਮਿੱਤਰੋ ਟੋਟਲ ਆਪਾਂ ਨੂੰ ਵਿੱਚ ਕੋਰ ਕੂਰ ਪਾ ਕੇ $1,026 ਡਾਲਰ 'ਚ ਪੈ ਗਿਆ ਸਮਾਨ, ਅਤੇ ਇਹਦੇ 'ਚੋਂ $186 ਆਈ ਥਿੰਕ ਕੋਰ ਵਾਪਸ ਆ ਜਾਣੀ ਆਪਾਂ ਨੂੰ, $186 ਕੋਰ ਦੇ ਆ, ਅਤੇ $838 ਬ੍ਰੇਕਾਂ ਡਰੰਮਾਂ ਦੇ, 6 4 ਪਿਛਲੇ ਅਤੇ 2 ਮੁਰਲੇ ਬ੍ਰੇਕਾਂ ਅਤੇ ਡਰੰਮ, ਟੋਟਲ ਆਪਾਂ $1,025 ਪੇ ਕਰਿਆ, ਅਤੇ ਬਾਕੀ ਆਪਾਂ ਜੇ ਵਾਪਸ ਕਰਨ ਆਉਂਗੇ ਕੋਰ $186 ਆਪਾਂ ਨੂੰ ਵਾਪਸ ਹੋ ਜਾਣੇ। ਕਹਿੰਦਾ ਇੱਧਰ ਨੂੰ ਲਿਆ ਪਿੱਕਾ ਸਾਈਡ 'ਤੇ ਨੂੰ ਲਿਆ ਕਹਿੰਦਾ ਉੱਥੇ, ਅਤੇ ਉੱਥੇ ਲੋਡ ਕਰ ਦਿੰਦੇ ਹਾਂ ਆਪ, ਇਹਨਾਂ ਨੇ ਲੋਡ ਕਰ ਦੇਣਾ ਜਗਾਡਮੈਂਟ। ਯਾਰ ਕਿਆ ਚੱਕਰ ਆ, ਦੇ ਲਾ ਪਹਿਲਾਂ ਬਲਬ ਉਹਦਾ ਇੱਦਾਂ ਹੀ ਹੋਇਆ, ਉਹ ਤਾਂ ਰੇਡੀਏਟਰ ਆ ਉਹਦੀ ਸਟੇਅਰਿੰਗ ਬਾਕਸ ਦੀ ਸੀਲ ਪਾਉਣੀ ਦੀ, ਪੂਰੇ ਕੰਮ ਜੇ ਨਿਕਲਿਆ ਦੱਸ ਗੇਅਰ ਦਾ ਹੀ ਪਤੰਦਰ ਦਾ, ਇਹਦੇ ਹੁਣ ਦੇਖ ਲਾ ਤੂੰ ਉਹ ਐਸ ਕੈਮ ਜੀ ਪਾਉਣੀ ਤੀ, ਇਹਦਾ ਪਤਾ ਨਹੀਂ ਹੋ ਰਿਹਾ ਬ੍ਰੇਕਾਂ ਦਾ ਹੀ ਜੱਬ ਜਿਹਾ ਛਿੜ ਗਿਆ ਦੱਸ, ਮੈਨੂੰ ਤਾਂ ਐਂਦਾ ਮੈਂ ਕਿਹਾ ਚਲੋ ਰੈਪ ਵਾਲੀ ਤਾਂ ਅੱਜ ਅਪੁਆਇੰਟਮੈਂਟ ਖਰਾਬ ਹੋ ਗਈ, ਐਸ ਕੈਮ ਪਾਉਣੀ ਆ ਘੰਟੇ ਦਾ ਕੰਮ ਆ, ਮੈਂ ਕਿਹਾ ਚੱਲ ਐਸ ਕੈਮ ਪਾ ਕੇ ਮੈਂ ਕਿਹਾ ਆਪਣੇ ਟਰੱਕ ਨਾਲੇ ਲੋਡ ਲੂਡ ਚੱਕ ਲੈਣਾ ਆਪਾਂ ਨੇ, ਲੋੜੇ ਨਹੀਂ ਪੈਣੀ ਹੈਗੀ ਆਪਾਂ ਨੂੰ, ਬਣੀ ਨਹੀਂ ਗੱਲ। ਲੈ ਮਿੱਤਰੋ ਜਿਹੜੇ ਮੁਰਲੇ ਡਰੰਮ ਹੁੰਦੇ ਥੋੜ੍ਹੇ ਛੋਟੇ ਹੁੰਦੇ ਆ ਪਿਛਲਿਆਂ ਨਾਲੋਂ, ਆਹ ਪਿਛਲੇ ਡਰੰਮ ਆ 4 ਉਹ ਮੁਰਲੇ ਆ, ਅਤੇ 4 ਪਿਛਲੇ ਲੈ ਲਏ 2 ਮੁਰਲੇ ਡਰੰਮ, ਐਂ ਆ ਕਿ ਵਾਰ ਵਾਰ ਪਾਉਣ ਨਾਲ ਹੁਣ ਬਾੜਿਆ ਹੋਇਆ ਟਰੱਕ ਯਾਰ ਅੰਦਰ, ਅਤੇ ਸਾਰਾ ਹੀ ਕੰਮ ਹੋ ਜੂਗਾ, ਸਾਰਾ ਹੀ ਪੈ ਜੂਗਾ, ਨਵਾਂ ਨਿਗਾੜਮੈਂਟ ਵਾਰ ਵਾਰ ਕਿੱਥੇ ਤੈਨੂੰ ਪਤਾ ਕੰਮ ਕਰਾ ਹੁੰਦਾ ਬਾਈ, ਫਿਰ ਇੱਕ ਵਾਰ ਟਰੱਕ ਬਾੜਿਆ ਹੋਇਆ ਬ੍ਰੇਕਾਂ ਦਾ ਕੰਮ ਸਾਰਾ ਹੋ ਜੂਗਾ ਆਪਣਾ। ਮੈਂ ਤਾਂ ਯਾਰ ਸੋਚਦਾ ਤਾਂ ਮੈਂ ਕਿਹਾ ਐਸ ਕੈਮ ਜਿਹੜੀਆਂ ਰਹਿ ਗਈਆਂ ਉਹ ਵੀ ਪਵਾ ਦਈਏ ਨਵੀਆਂ, ਅਤੇ ਸਲੈਕ ਐਡਜਸਟਰ ਵੀ, ਪਰ ਐਂ ਆ ਕਿ ਸਲੈਕ ਐਡਜਸਟਰ ਕਹਿੰਦਾ ਹੈ ਉਹ ਨਹੀਂ ਮੇਰੇ ਕੋਲ, 2 ਸਲੈਕ ਐਡਜਸਟਰ ਆ ਉਹ ਵੀ ਫਰੰਟ ਦੇ ਪਿਛਲੇ ਹੈ ਉਹ ਨਹੀਂ, ਕਹਿੰਦਾ 4 ਐਂ ਪੰਗਾ ਖਾਨਾ ਹੀ ਹੈ ਯਾਰ।
ਸਮਾਨ ਹੀ ਨਹੀਂ ਕਦਾ ਮਿਲਦਾ ਹੈਗਾ, ਕਿਆ ਕਰੀਏ। ਮੈਂ ਹੁਣ ਕਹਿਣ ਵਾਰਤ ਵਾਲੇ ਨੂੰ ਪੁੱਛਦਾ ਤਾ, ਉਹਨੂੰ ਰੈਂਡੀ ਆ ਉਰੇ ਬੰਦਾ ਇਹਨਾਂ ਦਾ ਮੇਨ, ਮੈਂ ਉਹਨੂੰ ਪੁੱਛਦਾ ਤਾ ਮੈਂ ਕਿਹਾ ਨਵੇਂ ਟਰੱਕਾਂ ਦਾ ਕਿਆ ਹਿਸਾਬ ਕਿਤਾਬ ਆ W900 ਵਗੈਰਾ। ਕਹਿੰਦਾ 60,000 ਔਰਡਰ ਆ ਜਿਹੜਾ ਉਹ ਕੈਂਸਲ ਕਰਤਾ, ਕਹਿੰਦਾ ਕਹਿਣ ਵਾਰਤ ਵਾਲੇ ਨੇ, ਬਿਕੋਜ਼ ਆਫ ਸਮਾਨ ਹੀ ਨਹੀਂ ਹੈਗਾ, ਪਾਰਟਸ ਹੀ ਨਹੀਂ ਮਿਲਦੇ ਹੈਗੇ, ਕਹਿੰਦਾ ਉਹਦੇ ਕਾਰਨਾਂ ਕਰਕੇ ਕਹਿੰਦਾ ਉਹਨਾਂ ਨੇ 60,000 ਔਰਡਰ ਤਾ ਜਿਹੜਾ ਕੈਂਸਲ ਕਰਿਆ ਹੁਣ, ਸਮਾਨ ਨਾ ਹੋਣ ਕਰਕੇ ਪੈਕਰ ਵਾਲਿਆਂ ਨੇ। ਸੋ ਸਮਾਨ ਦੀ ਬਹੁਤ ਜ਼ਿਆਦਾ ਸ਼ੋਰਟੇਜ ਆਈ ਹੋਈ ਆ ਕਰੋਨਾ ਕਰਕੇ, ਸਮਾਨ ਸਮੂਨ ਨਹੀਂ ਮਿਲਦਾ ਹੈਗਾ, ਪਾਰਟਸ ਪੂਰਟਸ ਮਿਲ ਨਹੀਂ ਰਹੇ ਹੈਗੇ। ਉਹਨੂੰ ਗੱਲਾਂ ਕਰਨ ਲੱਗ ਗਿਆ, ਮੈਂ ਕਿਹਾ ਯਾਰ ਪੁਰਾਣਾ ਟਰੱਕ ਤੰਗ ਬਹੁਤ ਕਰਦਾ। ਕਹਿੰਦਾ ਲੱਕੀ ਬੈਟਰ ਆ, ਕਹਿੰਦਾ ਪੁਰਾਣਾ ਟਰੱਕ ਫਿਰ ਵੀ ਠੀਕ ਆ, ਨਵੇਂ ਇਹਦੇ ਨਾਲ ਵੀ ਜ਼ਿਆਦਾ ਤੰਗ ਕਰਦੇ ਆ, ਕਹਿੰਦਾ ਜਿਹੜਾ ਡੈਫ ਸਿਸਟਮ ਜਿਹਾ ਕਹਿੰਦਾ ਇੰਨਾ ਤੰਗ ਕਰਦਾ, ਅੱਧ ਨਾਲ ਵੱਧ ਕਹਿੰਦਾ ਸਮਾਨ ਹੀ ਨਹੀਂ ਮਿਲਦਾ ਹੈਗਾ। ਉਹ ਜਿਹੜੇ ਸੈਂਡਰ ਜੇ ਆ ਵਿੱਚ ਪੈਂਦੇ ਟੈਂਕਾਂ ਦੇ, ਜਿਹਦੇ ਨਾਲ ਗੇਜ ਦੱਸਦੀ ਆ, ਕਹਿੰਦਾ ਕਈ ਟਰੱਕ ਆ ਸਾਡੇ ਕੋਲ ਖੜ੍ਹੇ ਜਿਹੜੇ ਜਿਨ੍ਹਾਂ ਦਾ ਸਮਾਨ ਹੀ ਨਹੀਂ ਆ ਰਿਹਾ, ਕਿਸੇ ਦਾ ਕੁਛ ਨਹੀਂ ਹੈਗਾ, ਕਿਸੇ ਦਾ ਕੁਛ ਨਹੀਂ ਹੈਗਾ, ਕਹਿੰਦਾ ਰਿਪੇਅਰ ਕਰਨ ਨੂੰ ਖੜ੍ਹੇ ਆ। ਮੈਂ ਕਿਹਾ ਯਾਰ ਔਖਾ ਹੀ ਆ ਕੰਮ ਪਤੰਦਰ ਦਾ। ਅਤੇ ਆਪਾਂ ਚੱਲਦੇ ਹੁਣ ਯਾਰਡ ਨੂੰ ਮਿੱਤਰੋ, ਜਾ ਕੇ ਦਈਏ ਮਿਸਤਰੀ ਨੂੰ, ਆਪਾਂ ਸਮਾਨ ਲਾ ਕੇ ਪਿੱਕਾ ਲੈ ਕੇ ਬੱਲੀ ਬਾਈ ਦੇ ਯਾਰਡ 'ਚ ਚੱਲਦੇ ਹਾਂ। ਯਾਰਡ 'ਚ ਜਾ ਕੇ ਪਿੱਕਾ ਖੜਾ ਕੇ ਉੱਥੇ 'ਤੇ ਟਰੱਕ ਚੱਕ ਕੇ ਟਰੇਲਾ ਆਪਣੇ ਵਾਲਾ ਹੁੱਕ ਕਰਕੇ ਆਪਣੇ ਯਾਰਡ 'ਚੋਂ ਲੋਡ ਚੱਕ ਲਈਏ ਪਹਿਲਾਂ ਯਾਰ। 3:30 ਵਜੇ ਲੋਡ ਚੱਕਣਾ ਆਪਾਂ ਨੇ, 12:15 ਹੋ ਗਿਆ ਆਈ ਥਿੰਕ, ਨਾ 12:15 ਕਾਹਨੂੰ, 1 ਵਜੇ ਚੱਲੇ ਪੌਣੇ 1 ਹੋ ਗਿਆ ਬਾਈ। ਸੋ ਹਿੰਮਤ ਮਾਰੀਏ ਮਾੜੀ ਜੀ, ਆਪਾਂ ਪੂਰੇ ਪੂਰੇ ਟਾਈਮ ਜੇ ਵੇਲੇ ਪਹੁੰਚੂਗੇ। ਅਤੇ ਬਾਬਾ ਸੁੱਖ ਰੱਖੇ, ਲੱਦ ਦੇਣ ਯਾਰ ਲੋਡ ਵਾਲੇ, ਹਿੰਮਤ ਜੀ ਮਾਰ ਕੇ ਤਾਂ ਮਤਲਬ ਉੱਥੇ ਨਾ ਆਉਣਾ, ਹੈਰਾਨ ਹੋਈ ਆਪਾਂ। ਆਪਣੀ ਗੱਡੀ 'ਚ ਲੋਟ ਨਹੀਂ ਲਾਉਣਾ, ਮੈਂ ਪਹਿਲਾਂ ਜੇ ਟਰਾਈ ਕਰਦਾ ਤਾ, ਢਿੱਲੋਂ ਮੈਨੂੰ ਕਹਿੰਦਾ ਤਾ ਹੁਣ ਹੀ ਲੈ ਜਾ ਬਾਈ, 2-3 ਡਰੰਮ ਪਿੱਛੇ ਆ ਜਾਣੇ, 2 ਮੂਹਰੇ ਸੀਟ 'ਤੇ ਰੱਖ ਲਈ ਪਿਛਲੀ 'ਤੇ, ਪਰ ਲੋਟ ਨਹੀਂ ਲਾਉਣਾ ਯਾਰ, ਬਹੁਤ ਔਖਾ ਜਿਹਾ ਹੋਣਾ ਤਾ ਕੰਮ। ਅਤੇ ਪਿੱਕੇ 'ਚ ਕਿੰਨਾ ਨਜ਼ਾਰਾ ਦੇ ਲਾ, ਆਰਾਮ ਨਾਲੇ ਆ ਗਿਆ ਸਮਾਨ ਆ ਉਹਦੇ ਪਿੱਛੇ, ਕਿੱਡਾ ਟਰੰਕ, ਰੱਖਣ ਨੂੰ ਵੀ ਮੌਜ, ਮੁੜ ਕੇ ਲਾਉਣੇ ਨੂੰ ਵੀ ਮੌਜ ਆ। ਥੋੜ੍ਹਾ ਦੇਖੋ ਬਾਬੇ, ਜਿੱਥੇ ਆਪਣਾ ਐਸ ਕੈਮ ਦਾ ਮੈਨੂੰ ਪਤਾ ਲੱਗਿਆ ਤਾ ਕਿ ਟੁੱਟ ਗਈ, ਉਰੇ ਲਾ ਕੇ ਗਿਆ ਤਾ ਉਦਣ ਮੈਂ। ਲਓ ਮਿੱਤਰੋ, ਆਹ ਖੋਲਿਆ ਪਿਆ ਆਪਣਾ ਟਰੱਕ, ਬੋਸ ਮੈਨ। ਲੈ ਮਿੱਤਰੋ, ਆਪਾਂ ਨੇ ਡਰਾਮਰ ਬ੍ਰੇਕਾਂ ਛੱਡਤੇ ਤੇ ਯਾਰਡ 'ਚ, ਅਤੇ ਮੁੜ ਕੇ ਆਪਾਂ ਚੱਲੇ ਹੁਣ ਟਰੱਕ ਚੱਕਣ ਬੱਲੀ ਵਾਲਾ, ਅਤੇ ਬੱਲੀ ਉਹਨਾਂ ਦੇ ਯਾਰਡ ਦੇ ਕੋਲ ਆਪਣੇ ਇੰਡੀਅਨ ਰੈਸਟੋਰੈਂਟ ਹੈਗਾ ਉੱਥੇ ਆਂਗਨ ਸਵੀਟ ਵਾਲੇ, ਉਹਨਾਂ ਦੇ ਆਪਾਂ ਕਰ ਦਈਏ 2 ਸਮੋਸੇ ਔਡਰ, ਅਤੇ ਨਾ ਚਾਹ ਦਾ ਗਲਾਸ, ਕਿਉਂਕਿ ਭੁੱਖ ਲੱਗੀ ਹੋਈ ਬਹੁਤ ਯਾਰ, ਸਵੇਰ ਦਾ ਇੱਦੀ ਨਿਕਲਾਂ ਮੈਂ, ਕੁਝ ਨਹੀਂ ਖਾਧਾ ਪੀਤਾ ਹੈਗਾ, ਭੁੱਖ ਲੱਗੀ ਹੋਈ ਆ। ਸੋ 2 ਸਮੋਸੇ ਖਾ ਲਈਏ, ਫਿਰ ਆਪਾਂ ਟਰੱਕ ਚੱਕਦੇ ਹਾਂ ਬਾਈ ਦਾ। ਓਕੇ ਮਿੱਤਰੋ, ਮੂੰਹ ਦਾ ਕਿਆ ਹਾਲ ਹੋਇਆ ਪਿਆ ਯਾਰ। ਹਾਂ ਮਿੱਤਰੋ, ਲੋਡ ਚੱਕਣ ਵਾਲੇ ਨੇ ਆਪਾਂ ਪਹੁੰਚ ਗਏ, ਅਤੇ 46 ਨੰਬਰ ਡੋਰ ਦੇ ਦਿੱਤੀ ਸੀ ਬਾਬੇ ਉਹਨਾਂ ਨੇ ਆਪਾਂ ਨੂੰ, ਅਤੇ ਟਰੇਲਾ ਯਾਰ ਗੰਦਾ ਤਾਂ ਬਹੁਤ, ਬੱਲੀ ਵਾਲੇ ਟਰੱਕ 'ਚ ਝਾੜੂ ਹੈ ਨਹੀਂ, ਤਾਂ ਵਿੱਚ ਰੂਮ ਫਲੋਰ ਜਿਹਾ ਪਿਆ ਤਾ ਵਿੱਚ, ਮੈਂ ਕਿਹਾ ਲੈ ਬਣ ਗਈ ਗੱਲ, ਨਜ਼ਾਰਾ ਆ ਜਾਣਾ ਤਾਂ 2 ਮਿੰਟ 'ਚ ਸਾਫ਼ ਕਰ ਦੇਣਾ ਇਹਨੇ, ਉਹ ਜਦ ਮਾਰਿਆ ਮੈਂ ਥੋੜ੍ਹਾ ਕੁ ਚੱਲਿਆ ਬੰਦ ਹੋ ਗਿਆ, ਅਤੇ ਵਿੱਚ ਚਾਰਜਰ ਹੈਗਾ, ਤਾਂ ਬੱਲੀ ਕਹਿੰਦਾ ਚਾਰਜਰ ਲਾ ਲਾ ਬਾਈ, ਥੋੜ੍ਹੀ ਕੁ ਦੇਰ 10 ਮਿੰਟ 'ਚ ਚਾਰਜ ਹੋ ਜਾਣੀ ਬੈਟਰੀ, APU ਚਲਾ ਕੇ ਮੈਂ ਹੁਣ ਚਾਰਜ ਕਰਨ ਲੱਗਿਆ ਬੈਟਰੀ, ਅਤੇ ਮੈਨੂੰ ਐਂ ਯਾਰ ਕਿਤੇ ਵੇਟ ਨਾ ਕਰਦੇ ਹੁਣ ਮੇਰੀ ਲੋਡ ਕਰਨ ਵਾਸਤੇ, ਅਤੇ ਮੈਂ ਉਰੇ ਬੈਟਰੀ ਚਾਰਜ ਕਰਨ ਲੱਗ ਗਿਆ ਜੀ। ਸੋ ਆਪਾਂ ਨੇ ਫਿਰ ਮਾੜਾ ਜਿਹਾ ਬਾਈ ਬੱਲੀ ਦਾ ਇੱਕ ਟਰੇਲਾ ਚੱਕ ਕੇ ਲੈ ਕੇ ਆਉਣਾ, ਜਾ ਕੇ ਟਰੇਲਾ ਇਹਨਾਂ ਵਾਲਿਆਂ ਨੇ ਟਰੇਲਾ ਡਰੋਪ ਕਰ ਜਾਣਾ ਉਹਦੇ, ਮੈਨੂੰ ਇਹ ਇੱਕ ਵਾਰ ਮਾੜਾ ਜਿਹਾ ਅੰਦਰ ਤੋਂ ਸਾਫ਼ ਕਰ ਦੇਵਾਂ ਯਾਰ, ਇਹ ਨਾ ਉਹਦੇ ਮੁੜ ਕੇ ਕਹਿ ਦੇਣ ਟਰੇਲਾ ਗੰਦਾ ਵਿੱਚ ਤੇ। ਸੋ ਮੈਂ ਥੋੜ੍ਹੀ ਵੇਟ ਕਰਦਾ ਕਿ ਚਾਰਜ ਹੋ ਜਾਵੇ 10 ਮਿੰਟ 'ਚ, ਅਤੇ ਫਿਰ ਆਪਾਂ ਟਰੇਲਾ ਚੱਕ ਕੇ ਲੈ ਕੇ ਆਉਣਾ, ਫਿਰ ਆਪਾਂ ਟਰੇਲਾ ਚੱਕ ਕੇ ਸਾਨੂੰ ਦੇਖਦੇ ਹਾਂ, ਲੋਡ ਲੂਡ ਹੋ ਜਾਵੇ ਜੇ, ਫਿਰ ਆਪਾਂ ਲੋਡ ਚੱਕ ਕੇ ਜਾਣਾ ਯਾਰ। ਆਪਾਂ ਸਵੇਰ ਦੇ ਨਿਕਲੇ ਹੋਏ ਮਿੱਤਰੋ 6 ਵਜੇ ਦੇ,
ਇੱਦਾਂ ਚੱਲ ਰਿਹਾ, ਚਲੋ ਚੱਲ ਕੰਮ। ਗਰਮੀ ਬਹੁਤ ਜ਼ਿਆਦਾ, ਕੁਛ ਠੰਡਾ ਜਿਹਾ ਪੀਣ ਨੂੰ ਜੀ ਕਰਦਾ ਮਿੱਤਰੋ, ਕਿਆ ਪੀਆ ਜਾਵੇ, ਪਾਣੀ ਵੀ ਨਹੀਂ ਹੈਗਾ ਵਿੱਚ ਇਹਦੇ ਟਰੱਕ 'ਚ। ਮਿੱਤਰੋ ਅੱਜ ਤਾਂ ਸਾਰੀ ਦਿਹਾੜੀ ਲੰਘ ਗਈ ਬਾਬੇ, ਸਾਰੀ ਦਿਹਾੜੀ ਲੰਘ ਗਈ, 5:15 ਹੋ ਗਏ ਸ਼ਾਮ ਦੇ, ਸਵੇਰ ਦੇ ਆਪਾਂ ਨਿਕਲ ਗਏ ਘਰ ਤੇ ਬਾਬੇ, ਅਜੇ ਤੱਕ ਲੋਡ ਨਹੀਂ ਹੋਇਆ ਹੈਗਾ। ਇੰਨਾ ਸ਼ੁਕਰ ਕਰੋ 2 ਸਮੋਸੇ ਖਾ ਲਏ ਤੇ ਆਪਾਂ ਨੇ, ਨਹੀਂ ਤਾਂ ਭੁੱਖੇ ਮਰ ਗਏ ਤੇ ਬਾਬਿਓ। ਹੁਣ ਜਾ ਕੇ ਪੁੱਛ ਕੇ ਆਇਆ ਅੰਦਰ, ਅਤੇ ਅਜੇ ਉਹ ਕਹਿੰਦੇ ਲੱਦ ਨਹੀਂ ਹੋਇਆ ਹੈਗਾ, ਵੇਟ ਕਰ ਟਰੱਕ 'ਚ, ਜਦੋਂ ਲੱਦ ਹੋ ਗਿਆ ਤੈਨੂੰ ਆ ਕੇ ਦੱਸਦੇ ਹਾਂ। ਗਰਮੀ ਬਹੁਤ ਆ, ਬੁਰਾ ਹਾਲ ਹੋਇਆ ਪਿਆ ਯਾਰ ਗਰਮੀ ਨੇ। ਸੋ ਬੈਠੇ ਵੇਟ ਕਰ ਰਹੇ ਹਾਂ ਜੀ ਆਪਾਂ, ਦੇਖਦੇ ਹਾਂ ਕਿਆ ਬਣਦਾ ਮਿੱਤਰੋ, ਕਰਦੇ ਹਾਂ ਤੁਹਾਨੂੰ ਅਪਡੇਟ। Take care of my heart.